ਵਿਜੇ ਸਿੰਘਲਾ ਤੁਹਾਨੂੰ ਦੱਸ ਦਈਏ ਕਿ ਵਿਜੇ ਸਿੰਘਲਾ ਦੇ ਖਿਲਾਫ ਪੰਜਾਬ ਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਇਹ ਰਿਸ਼ਵਤ ਖੋਰ ਹੈ ਸਾਡਾ ਇੱਕ ਮੰਤਰੀ ਰਿਸ਼ਵਤ ਖੋਰ ਨਿਕਲਿਆ ਹੈ ਔਰ ਅਸੀਂ ਇਹਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰਦੇ ਹਾਂ ਔਰ ਉਹਨਾਂ ਨੂੰ ਪੁਲਿਸ ਫੜ ਕੇ ਵੀ ਲੈ ਜਾਂਦੀ ਹੈ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਂਦਾ ਹੈ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਔਰ ਹੁਣ ਬਾਹਰ ਆ ਕੇ ਉਹੀ ਵਿਜੇ ਸਿੰਘਲਾ ਜਿਹਦੇ ਖਿਲਾਫ ਰਿਸ਼ਵਤਖੋਰੀ ਦਾ ਇਲਜ਼ਾਮ ਹੈ ਉਹੀ ਸ਼ਖਸ ਵਿਧਾਨ ਸਭਾਵਾਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਆਸ਼ਵਾਸਨ ਮੀਟਿੰਗ ਹੋਈ ਹਾਲੀ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਵਿਜੇ ਸਿੰਘਲਾ ਬੜੀ ਟੌਰ ਦੇ ਨਾਲ ਬੈਠੇ ਹੋਏ ਨਜ਼ਰ ਆਏ ਔਰ ਵਿਜੇ ਸਿੰਘਲਾ ਜੀ ਇਹ ਕਹਿ ਰਹੇ ਨੇ ਕਿ ਮੇਰੇ ਤੇ ਕੋਈ 1 ਰੁਪਏ ਦਾ ਵੀ ਭ੍ਰਸ਼ਟਾਚਾਰ ਦਾ ਇਲਜ਼ਾਮ ਲਾ ਕੇ ਵਿਖਾਵੇ ਤੁਹਾਨੂੰ ਦੱਸ ਦਈਏ ਕਿ ਇਹ ਸਿੱਧਾ-ਸਿੱਧਾ ਚੈਲੰਜ ਭਗਵੰਤ ਮਾਨ ਨੂੰ ਕੀਤਾ ਜਾ ਰਿਹਾ ਕਿਸ ਨੂੰ ਚੈਲੰਜ ਕਰ ਰਹੇ ਨੇ ਤੰਦਰਜ਼ੇ ਦੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਵਿਜੇ ਸਿੰਘਲਾ ਨੂੰ ਬਰਖਾਸਤ ਕਰ ਦਿੱਤਾ ਸੀ ਉਸ ਵੇਲੇ ਗੁਜਰਾਤ ਹਿਮਾਚਲ ਦੇ ਦੌਰਿਆਂ ਦੇ ਉੱਤੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਇੱਕ ਮੰਤਰੀ ਰਿਸ਼ਵਤਖੋਰ ਹੈ ਔਰ ਰਿਸ਼ਵਤਖੋਰੀ ਦੇ ਮਾਮਲੇ ਜਦੋਂ ਉਹਨਾਂ ਦੇ ਉੱਤੇ ਸਿੱਧ ਹੋਏ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵਿਜੇ ਸਿੰਘਲਾ ਨੂੰ ਉਹਨਾਂ ਦੇ ਅਹੁਦੇ ਸਿਹਤ ਮੰਤਰੀ ਸੀ ਵਿਜੇ ਸਿੰਘਲਾ ਉਹਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਆਰਡਰ ਦੇ ਦਿੱਤੇ ਕਾਰਵਾਈ ਹੋਈ ਵੀ ਪੁਲਿਸ ਨੇ ਉਹਨਾਂ ਨੂੰ ਫੜਿਆ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹਾਈ ਕੋਰਟ ਨੇ ਇਹ ਕਹਿ ਕੇ ਜ਼ਮਾਨਤ ਦੇ ਦਿੱਤੀ ਕਿ ਕੋਈ ਸਬੂਤ ਨਹੀਂ ਮਿਲੇ ਇਹਨਾਂ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਨੇ ਉਸ ਤੋਂ ਬਾਅਦ ਵੀ ਇਹ ਉਹ ਕਿਹਾ ਕਿ ਅਸੀਂ ਰਿਸ਼ਵਤ ਖੋਹਰਾਂ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚ ਨਹੀਂ ਬਿਠਾਵਾਂਗੇ ਕਦੇ ਵੀ ਨਹੀਂ ਬਿਠਾਵਾਂਗੇ ਪਰ ਹੁਣ ਕਈ ਜਿਹੜੇ اپੋਜੀਸ਼ਨ ਦੇ ਲੀਡਰਸ ਨੇ ਵੱਡੇ ਲੀਡਰਸ ਨੇ ਉਹ ਇਹ ਸਵਾਲ ਚੁੱਕਰੇ ਨੇ ਕਿ ਹੁਣ ਵਿਜੇ ਸਿੰਘਲਾ ਵਿਧਾਨ ਸਭਾ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਬਹਿ ਕੇ ਕੀ ਕਰ ਰਿਆ ਔਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵਿਜੇ ਸਿੰਘਲਾ ਨੇ ਫੋਟੋ ਵੀ ਪੋਸਟ ਕੀਤੀ ਹੈ ਆਪਣੀ ਖਾਸ ਤੌਰ ਤੇ ਜਿਸ ਵਿੱਚ ਸਾਰੇ ਮੰਤਰੀ ਮੰਡਲ ਦੇ ਜਿਹੜੇ ਮੰਤਰੀ ਨੇ ਬੈਠੇ ਨੇ ਨਾਲ ਵਿਜੇ ਸਿੰਘਲਾ ਵੀ ਬੈਠਾ ਹੋਇਆ ਔਰ ਆਪਣੀ ਫੋਟੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਹੈ ਔਰ ਉਸ ਪੋਸਟ ਨੂੰ ਵੇਖਣ ਤੋਂ ਬਾਅਦ ਰਾਜਾ ਵੜਿੰਗ ਹੋਣ ਸੁਖਪਾਲ ਸਿੰਘ ਖੈਰਾ ਹੋਣ ਜਾਂ ਫਿਰ ਅਕਾਲੀ ਦਲ ਦੇ ਲੀਡਰਸ ਹੋਣ ਭਾਜਪਾ ਦੇ ਲੀਡਰਸ ਹੋਣ ਸਭ ਇਹ ਸਵਾਲ ਚੁੱਕ ਰਹੇ ਨੇ ਭਗਵੰਤ ਮਾਨ ਦੇ ਉੱਤੇ ਕਿ ਇੱਕ ਰਿਸ਼ਵਤਖੋਰ ਲੀਡਰ ਨੂੰ ਤੁਸੀਂ ਆਪਣੀ ਵਿਧਾਨ ਸਭਾਵਾਂ ਦੀ ਜਿਹੜੀਆਂ ਮੀਟਿੰਗਾਂ ਨੇ ਉਸ ਵਿੱਚ ਬਹਿਣ ਦਾ ਕਿਵੇਂ ਹੱਕ ਦੇ ਸਕਦੇ ਹੋ ਕੀ ਇਹ ਇੱਕ ਡਰਾਮਾ ਰਚਿਆ ਗਿਆ ਕੀ ਇਹ ਸਿਰਫ ਇੱਕ ਖੇਲ ਸੀ ਦੁਨੀਆ ਦੇ ਸਾਹਮਣੇ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਰਿਸ਼ਵਤਖੋਰਾਂ ਦੇ ਖਿਲਾਫ ਜਿਹੜੀ ਹੈ ਉਹ ਮੁਹਿੰਮ ਛੇੜੀ ਹੋਈ ਹੈ ਇਹ ਸਿਰਫ ਤੇ ਸਿਰਫ ਇੱਕ ਡਰਾਮਾ ਸੀ ਇਹ ਆਪੋਜੀਸ਼ਨ ਲੀਡਰਸ ਵੱਲੋਂ ਕਿਹਾ ਜਾ ਰਿਹਾ ਔਰ ਅੱਜ ਵਿਜੇ ਸਿੰਘਲਾ ਉਹੀ ਰਿਸ਼ਵਤ ਖੋਰ ਵਿਜੇ ਸਿੰਘਲਾ ਜਿਹੜਾ ਹੈ ਉਹ ਮੀਟਿੰਗਾਂ ਦੇ ਵਿੱਚ ਬਹਿ ਕੇ ਬੜੀ ਟੌਰ ਦੇ ਨਾਲ ਆਪਣੀਆਂ ਫੋਟੋਆਂ ਖਿਚਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਪੋਸਟ ਕਰ ਰਿਹਾ ਹੈ